ਗਾਹੇ ਵਗਾਏ ਇਹ ਵਿਵਾਦ ਆਉਂਦਾ ਰਹਿੰਦਾ ਕਿ ਯੂਪੀ ਤੋਂ ਬਿਹਾਰ ਤੋਂ ਬਾਹਰਲੀ ਲੇਬਰ ਤੋਂ ਉਹਨਾਂ ਦੇ ਆਉਣ ਨਾਲ ਪੰਜਾਬ ਦਾ ਸੱਭਿਆਚਾਰ, ਪੰਜਾਬ ਦੀ ਰਹਿਣ ਸਹਿਣ, ਪੰਜਾਬ ਦਾ ਖਾਣ ਪੀਣ, ਹੈ ਨਾ, ਪੰਜਾਬ ਦੇ ਬੱਚਿਆਂ 'ਤੇ ਅਸਰ, ਸਾਡੇ ਕੰਮਾਂ ਕਾਰਾਂ 'ਤੇ ਅਸਰ, ਸਾਡੇ ਪਰਿਵਾਰਾਂ 'ਤੇ ਅਸਰ, ਕਈ ਤਰ੍ਹਾਂ ਦੇ ਪਹਿਲੂਆਂ 'ਤੇ ਚਰਚਾ ਤੁਰਦੀ ਹੈ। ਉਸ ਚਰਚਾ ਨੂੰ ਕਾਟ ਦਿੱਤਾ ਜਾਂਦਾ ਕਿ ਵੀ ਅਸੀਂ ਵਿਦੇਸ਼ਾਂ 'ਚ ਜਾ ਕੇ ਰਹਿੰਦੇ ਹਾਂ, ਅਸੀਂ ਵੀ ਉਹਨਾਂ ਦੇ ਸਾਧਨ ਸੰਪਨਾਂ ਦੀ ਵਰਤੋਂ ਕਰਦੇ ਹਾਂ, ਉਹਦਾ ਆਪਣਾ ਹੀ ਮੁਲਕ ਦੇ ਨੇ, ਇਹ ਵੀ ਪਹਿਲੂ ਆਉਂਦਾ। ਇਹ ਸਭ ਪ੍ਰਕਿਰਿਆ ਦੇ ਵਿਚਾਲੇ ਕੁਝ ਸ਼ਖਸ, ਕੁਝ ਵਿਅਕਤੀ ਇਹ ਵੀ ਸਵਾਲ ਖੜ੍ਹਾ ਕਰਦੇ ਨੇ ਕਿ ਵੀ ਜੇ ਪੰਜਾਬ ਬਚਾਉਣਾ ਤਾਂ ਇਹਨਾਂ ਨੂੰ ਬਾਹਰ ਕਰਨਾ ਪੈਣਾ, ਨਹੀਂ ਤਾਂ ਆਉਣ ਦਿਨਾਂ 'ਚ ਪੰਜਾਬ 'ਚ MLA ਵੀ ਹੋਣਗੇ ਜੀ, ਮੁੱਖ ਮੰਤਰੀ ਵੀ ਹੋਣਗੇ ਜੀ, ਪਿੰਡਾਂ ਦੇ ਸਰਪੰਚ ਵੀ ਹੋਣਗੇ ਜੀ, MC ਵੀ ਹੋਣਗੇ ਜੀ, ਇਸ ਲਈ ਕੁਝ ਉਦਾਹਰਣਾਂ ਵੀ ਸਾਹਮਣੇ ਆ ਜਾਂਦੀਆਂ, ਉਸ ਵਾਲੇ ਨਾਲ ਚਰਚਾ ਕਾਫੀ ਚੱਲਦੀ ਹੈ। ਪਰ ਅੱਜ ਜਿਹੜੇ ਪਹਿਲੂ ਤੋਂ ਆਪਾਂ ਚਰਚਾ ਕਰਨ ਲੱਗੇ ਹਾਂ ਉਹ ਹੈ ਜੀ ਦੋ ਪਿੰਡਾਂ ਦਾ ਮਾਮਲਾ। ਇੱਕ ਪਿੰਡ ਦਾ ਮਾਮਲਾ ਹੁੰਦਾ ਕਿ ਪੰਚਾਇਤ ਨੇ ਫੈਸਲਾ ਕਰ ਲਿਆ ਕਿ ਸਾਡੇ ਪਿੰਡ ਦੇ ਵਿੱਚ ਹੁਣ ਪ੍ਰਵਾਸੀ ਮਜ਼ਦੂਰ ਰਹਿ ਨਹੀਂ ਸਕਦੇ, ਪਿੰਡ ਛੱਡ ਕੇ ਜਾਣ। ਦੂਸਰੇ ਪਿੰਡ ਦੇ ਹਵਾਲੇ ਨਾਲ ਖਬਰ ਆ ਗਈ ਕਿ ਪਿੰਡ ਦੀ ਨੌਜਵਾਨ ਸਭਾ ਨੇ ਤੈਅ ਕਰ ਲਿਆ ਕਿ ਪਿੰਡ ਦੇ ਆ ਨਿਯਮ ਨੇ ਜੇ ਪਾਲਣਾ ਕਰਦੇ ਹੋ ਤਾਂ ਰਹੋ, ਨਹੀਂ ਆਪਣਾ ਬੋਰੀ ਬਿਸਤਰਾ ਗੋਲ ਕਰੋ। ਅਤੇ ਉਸ ਤੋਂ ਬਾਅਦ ਇੱਕ ਪਿੰਡ ਦਾ ਮਾਮਲਾ ਅਦਾਲਤ ਤੱਕ ਪਹੁੰਚ ਗਿਆ ਅਤੇ ਦੂਏ ਪਿੰਡ ਦੇ ਉੱਤੇ ਅੱਜ ਚਾਰਜੋਈ ਚੱਲ ਰਹੀ ਹੈ। ਪੰਜਾਬ ਦੇ ਪਿੰਡਾਂ ਦੇ ਵਿੱਚ ਬੀੜੀ, ਸਿਗਰਟ ਪੀਣਾ, ਗੁਟਕਾ ਪੀਣਾ ਕਹਿੰਦੇ ਦੇ ਅਤੇ ਰੋਕ ਲਾਉਣ ਦੇ ਲਈ ਇੱਕ ਪਿੰਡ ਨੇ ਪਹਿਲਕਦਮੀ ਕੀਤੀ ਹੈ। ਬਿਹਾਰ ਯੂਪੀ ਦੇ ਲੋਕਾਂ ਨੂੰ ਵੈਰੀਫਿਕੇਸ਼ਨ ਕਰਾਉਣੀ ਹੋਏਗੀ ਜੇ ਪਿੰਡ 'ਚ ਰਹਿਣਾ, ਇਹ ਇੱਕ ਪਿੰਡ ਨੇ ਤੈਅ ਕੀਤਾ। ਰਾਤ ਨੂੰ 9 ਵਜੇ ਤੋਂ ਬਾਅਦ ਉਹ ਪਿੰਡ 'ਚ ਘੁੰਮ ਨਹੀਂ ਸਕਦੇ, ਨੌਜਵਾਨ ਸਭਾ ਨੇ ਫੈਸਲਾ ਲਿਆ। ਪੰਜਾਬ ਦੇ ਮੋਹਾਲੀ ਜ਼ਿਲ੍ਹੇ ਦੇ ਦੋ ਪਿੰਡ ਨੇ ਜਿਹੜੇ ਅੱਜ ਕੱਲ੍ਹ ਚਰਚਾ 'ਚ ਨੇ, ਇੱਕ ਮੁੱਦੋ ਸੰਗਤੀਆਂ ਅਤੇ ਦੂਜਾ ਜੰਡਪੁਰ। ਮੁੱਦੋ ਸੰਗਤੀਆਂ ਦੇ ਹਵਾਲੇ ਨਾਲ ਖਬਰ ਆਈ ਸੀ ਸਭ ਤੋਂ ਪਹਿਲਾਂ ਕਿ ਪੰਚਾਇਤ ਨੇ ਫੈਸਲਾ ਕਰ ਲਿਆ ਵੀ ਕਿ ਸਾਡੇ ਪਿੰਡ 'ਚੋਂ ਸਾਰੇ ਯੂਪੀ ਬਿਹਾਰ ਵਾਲੇ ਬਾਹਰ ਵਾਲੇ ਪਿੰਡ 'ਚੋਂ ਬਾਹਰ ਰਹਿਣ, ਪਿੰਡ 'ਚ ਨਹੀਂ ਰਹਿ ਸਕਦੇ। ਉਹ ਤੋਂ ਬਾਅਦ ਹੁਣ ਜੰਡਪੁਰ ਵਾਲਾ ਦੀ ਨੌਜਵਾਨ ਸਭਾ ਦੇ ਹਵਾਲੇ ਨਾਲ ਫੈਸਲਾ ਗਿਆ ਕਿ 11 ਨੁਕਤੇ ਨੇ ਪਿੰਡ ਦੇ ਵਿੱਚ, ਜਿਨ੍ਹਾਂ 'ਚੋਂ 9 ਨੁਕਤੇ ਯੂਪੀ ਬਿਹਾਰ ਬਾਹਰਲਿਆਂ ਦੇ ਰਹਿਣ ਦੇ ਹਵਾਲੇ ਨਾਲ ਨੇ, 2 ਨੁਕਤੇ ਪਿੰਡ ਦੇ ਹਵਾਲੇ ਨਾਲ। ਜਦੋਂ ਉਹਦੇ ਪਰ ਨਜ਼ਰਸਾਨੀ ਕਰਨੀ ਹੋਵੇ ਤਾਂ ਜੰਡਪੁਰ ਪਿੰਡ ਦੀ ਨੌਜਵਾਨ ਸਭਾ ਨੇ ਪਿੰਡ ਦੇ ਵਿੱਚ ਬੀੜੀ, ਸਿਗਰਟ ਪੀਣ, ਗੁਟਕਾ ਖਾਣ 'ਤੇ ਰੋਕ ਲਾ ਦਿੱਤੀ ਹੈ, ਬੜੀ ਚੰਗੀ। ਇਹ ਜੇ ਪਹਿਲਕਦਮੀ ਹਰ ਪਿੰਡ ਕਰ ਲਵੇ ਤਾਂ ਮੈਂ ਕਹਿੰਦਾ ਇਹ ਇਕੱਲਾ ਬੀੜੀ ਸਿਗਰਟ ਕਿਉਂ, ਆਓ ਦਾਰੂ 'ਤੇ, ਗੁਟਕੇ 'ਤੇ, ਗੁਟਕੇ ਤੋਂ ਅੱਗੇ ਚਿੱਟੇ 'ਤੇ, ਕਾਲੇ 'ਤੇ, ਸਾਰੇ ਤਰ੍ਹਾਂ ਦੇ ਨਸ਼ਿਆਂ 'ਤੇ ਆ ਜਾਓ, ਸਿੰਥੈਟਿਕ ਨਸ਼ਿਆਂ 'ਤੇ, ਇਹ ਸਾਰੀ ਪਹਿਰੇ ਦਰ ਦੀ ਲੋੜ ਹੈ। ਚਲੋ ਪਹਿਲੇ ਪੜਾਅ 'ਚ ਜੋ ਕੰਮ ਹੋਇਆ ਉਹ 'ਚ ਨੌਜਵਾਨ ਸਭਾ ਨੇ ਕਿਹਾ ਕਿ ਪਿੰਡਾਂ 'ਚ ਬੀੜੀ ਸਿਗਰਟ ਪੀਣਾ, ਗੁਟਕਾ ਖਾਣਾ, ਇਹਦੇ ਪਰ ਰੋਕ ਹੈ। ਨਾਲ ਹੀ ਬਿਹਾਰ, ਯੂਪੀ ਅਤੇ ਦੂਜੇ ਸੂਬਿਆਂ ਦੇ ਜੋ ਪ੍ਰਵਾਸੀ ਲੋਕ ਪਿੰਡ 'ਚ ਰਹਿੰਦੇ ਨੇ ਉਹਨਾਂ ਨੂੰ ਆਪਣੀ ਵੈਰੀਫਿਕੇਸ਼ਨ ਕਰਾਉਣੀ ਲਾਜ਼ਮੀ ਹੋਏਗੀ, ਨਹੀਂ ਉਹ ਪਰ ਪਿੰਡ ਦੀ ਹੱਦ 'ਚ ਨਹੀਂ ਰਹਿ ਸਕਦੇ, ਕਹਿੰਦੇ ਇਹ ਫੈਸਲਾ ਹੋਇਆ। ਰਾਤ 9 ਵਜੇ ਤੋਂ ਬਾਅਦ ਇਹ ਲੋਕ ਪਿੰਡ 'ਚ ਨਹੀਂ ਘੁੰਮ ਸਕਣਗੇ, ਇੱਕ ਕਮਰੇ 'ਚ 2 ਤੋਂ ਵੱਧ ਬੰਦੇ ਨਹੀਂ ਰਹਿ ਸਕਣਗੇ ਅਤੇ 2 ਤੋਂ ਵੱਧ ਜੇ ਰਹਿੰਦੇ ਨੇ ਫਿਰ ਬੈਨ ਹੋਏਗਾ। ਇਸ ਤੋਂ ਪਹਿਲਾਂ ਪਿਛਲੇ ਹਫ਼ਤੇ ਮੋਹਾਲੀ ਦਾ ਪਿੰਡ ਮੁੱਦੋ ਸੰਗਤੀਆਂ, ਉਹ ਚਰਚਾ 'ਚ ਆਇਆ ਸੀ ਕਿ ਉੱਥੋਂ ਦੀ ਪਿੰਡ ਦੀ ਪੰਚਾਇਤ ਨੇ ਕਹਿੰਦੇ ਮਤਾ ਪਾਸ ਕਰਤਾ ਕਿ ਪਿੰਡ ਦੇ ਵਿੱਚ ਪ੍ਰਵਾਸੀ ਲੋਕਾਂ ਨੂੰ ਰਹਿਣ ਦੀ ਇਜਾਜ਼ਤ ਨਹੀਂ ਹੈ, ਮਜ਼ਦੂਰਾਂ ਨੂੰ, ਪ੍ਰਵਾਸੀ ਲੇਬਰ ਨੂੰ, ਯੂਪੀ ਬਿਹਾਰ ਵਾਲਿਆਂ ਨੂੰ ਪਿੰਡ ਛੱਡਣਾ ਪਏਗਾ, ਇਹ ਪੰਚਾਇਤ ਦਾ ਕਹਿੰਦੇ ਫੈਸਲਾ ਹੋ ਗਿਆ। ਜਦੋਂ ਕਿ ਜੰਡਪੁਰ ਪਿੰਡ ਮੋਹਾਲੀ ਜ਼ਿਲ੍ਹੇ ਦੀ ਖਰੜ ਨਗਰ ਪ੍ਰੀਸ਼ਦ ਦੇ ਤਹਿਤ ਆਉਂਦਾ, ਨਗਰ ਪ੍ਰੀਸ਼ਦ ਦੇ ਵਾਰਡ ਨੰਬਰ 4 ਦੇ ਵਿੱਚ MC ਵੀ ਹੈ ਬੰਦਾ ਅਤੇ ਨੌਜਵਾਨ ਸਭਾ ਦਾ ਨੁਮਾਇੰਦਾ ਵੀ ਹੈ, ਗੋਵਿੰਦਰ ਸਿੰਘ ਚੀਮਾ, ਕਹਿੰਦੇ ਉਹਦੇ ਹਵਾਲੇ ਨਾਲ ਉਹਨੇ ਦੱਸਿਆ ਕਿ ਬਿਹਾਰ ਤੋਂ, ਯੂਪੀ ਤੋਂ, ਹੋਰਨਾਂ ਸੂਬਿਆਂ ਤੋਂ ਜਿਹੜੇ ਲੋਕ ਪਿੰਡ 'ਚ ਆ ਕੇ ਰਹਿੰਦੇ ਨੇ ਉਹਦੇ ਹਵਾਲੇ ਨਾਲ ਅਸੀਂ 11 ਨਿਯਮ ਬਣਾਏ ਨੇ, ਜਿਨ੍ਹਾਂ 'ਚੋਂ 11 ਨਿਯਮਾਂ 'ਚੋਂ 9 ਨਿਯਮ ਉਹਨਾਂ ਨਾਲ ਸੰਬੰਧਿਤ ਨੇ, 2 ਨਿਯਮ ਪਿੰਡ ਦੇ ਹੋਰ ਪਹਿਲੂਆਂ ਨਾਲ ਸੰਬੰਧਿਤ ਨੇ। ਕਹਿੰਦੇ ਨੌਜਵਾਨ ਸਭਾ ਨੇ ਇਹ ਨਿਯਮ ਸਖ਼ਤ ਰੂਪ 'ਚ ਲਾਗੂ ਕਰਨ ਦੇ ਲਈ 15 ਦਿਨ ਦਾ ਸਮਾਂ ਤੈਅ ਕੀਤਾ ਕਿ 15 ਦਿਨਾਂ ਦੇ ਵਿੱਚ ਅਸੀਂ ਪਿੰਡ 'ਚ ਹਰ ਘਰ 'ਚ ਜਾ ਕੇ
ਵੈਸੇ ਬੋਰਡ ਬੁਰਡ ਲਾ ਤੇ ਪਿੰਡਾਂ 'ਚ, ਬੈਨਰ ਲਾ ਤੇ ਇਹਨਾਂ ਨੇ ਆਪਣੇ ਪਿੰਡ 'ਚ ਜੰਡਪੁਰ 'ਚ, ਪਰ ਉਹ ਤੋਂ ਬਿਨਾਂ ਕਹਿੰਦੇ ਘਰ ਘਰ ਜਾ ਕੇ ਤੂੰ ਜਾਣੂ ਕਰਾਵਾਂਗੇ। ਦੂਸਰਾ, ਇਸ ਨੌਜਵਾਨ ਸਭਾ 'ਚ ਹਰ ਪਿੰਡ ਪਿੰਡ ਦੇ ਹਰ ਘਰ ਤੋਂ ਇੱਕ ਵਿਅਕਤੀ ਸ਼ਾਮਿਲ ਕੀਤਾ ਗਿਆ, ਹਰ ਨੌਜਵਾਨ ਇੱਕ ਸ਼ਾਮਿਲ ਕੀਤਾ ਗਿਆ। ਇਸ ਲਈ ਪੂਰੇ ਪਿੰਡ 'ਚ ਖਬਰ ਤਾਂ ਕਹਿੰਦੇ ਇੱਥੇ ਇਸੇ ਵਲਨਾਂ 'ਚ ਰਹੀ। ਨੌਜਵਾਨ ਸਭਾ ਕਹਿੰਦੀ ਅਸੀਂ ਪਿੰਡ ਦੀ ਬਿਹਤਰੀ ਲਈ, ਪਿੰਡ ਦੀ ਅਮਨ ਕਾਨੂੰਨ ਸ਼ਾਂਤੀ ਲਈ, ਭਾਈਚਾਰਕ ਲਈ ਇਹ ਫੈਸਲਾ ਲਿਆ। ਨੌਜਵਾਨ ਸਭਾ ਦੇ ਮੈਂਬਰ ਗੋਵਿੰਦਰ ਸਿੰਘ ਚੀਮਾ ਮੁਤਾਬਕ ਬਾਹਰਲੇ ਪ੍ਰਦੇਸ਼ਾਂ ਤੋਂ ਆਏ ਲੋਕ ਇੱਥੇ ਆ ਕੇ ਜਦੋਂ ਰਹਿੰਦੇ ਨੇ ਤਾਂ ਉਹ ਆਪਣੀ ਮਰਜ਼ੀਆਂ ਦੇ ਅਨੁਸਾਰ ਕਹਿੰਦੇ ਗੰਦ ਪਾਉਂਦੇ ਨੇ ਪਿੰਡ 'ਚ, ਜਿੱਥੇ ਦੇਖਣ ਉੱਥੇ ਕੂੜਾ ਸੁੱਟ ਦਿੰਦੇ ਨੇ, ਜਿੱਥੇ ਦੇਖਣ ਥੁੱਕ ਦਿੰਦੇ ਨੇ, ਨਸ਼ਾ ਜਰਦਾ ਬੀੜੀਆਂ ਸਿਗਰਟਾਂ ਫੂਕ ਕੇ ਸੁੱਟ ਦਿੰਦੇ ਨੇ, ਉਹ ਤੋਂ ਬਿਨਾਂ ਕੱਪੜੇ ਨਹੀਂ ਢੰਗ ਸਿਰ ਪਾਉਂਦੇ, ਹੈ ਨਾ, ਸਹੀ ਢੰਗ ਨਾਲ ਰਹਿੰਦੇ ਨਹੀਂ ਗੇ। ਸੋ ਇਹ ਸਾਰੀਆਂ ਕਹਿੰਦੇ ਫਿਰ ਉਹ ਤੋਂ ਇਲਾਵਾ ਕ੍ਰਾਈਮ ਦੀਆਂ ਘਟਨਾਵਾਂ ਕੁਝ ਜਿਹੀਆਂ ਵਾਰਦਾਤਾਂ ਵਾਪਰਦੀਆਂ ਨੇ, ਇਹ ਸਾਰੇ ਮੁੱਦਿਆਂ ਨੂੰ ਧਿਆਨ 'ਚ ਰੱਖਦੇ ਕਹਿੰਦੇ ਨੌਜਵਾਨ ਸਭਾ ਨੇ ਸਰਬਸੰਮਤੀ ਨਾਲ ਫੈਸਲਾ ਲਿਆ ਕਿ ਵੀ ਆਹ ਨਿਯਮ ਜੇ ਪਾਲਣ ਕਰੋਗੇ ਤਾਂ ਪਿੰਡ 'ਚ ਰਹੋਗੇ, ਨਹੀਂ ਫਿਰ ਪਿੰਡ ਤੋਂ ਬਾਹਰ ਰਹੋ। ਜਿਵੇਂ ਮੁਤਾਬਕ ਜਿਸ ਤਰ੍ਹਾਂ ਵੱਡੀਆਂ ਵੱਡੀਆਂ ਰਹਿਸ਼ੀ ਕਲੋਨੀਆਂ ਸੁਸਾਇਟੀਆਂ, ਹੈ ਨਾ, ਟਾਵਰਾਂ ਜਿਹੜੀਆਂ, ਉਹਨਾਂ ਦੇ ਕਹਿੰਦੇ ਨਿਯਮ ਨੇ, ਫਿਰ ਅਸੀਂ ਆਪਣੇ ਪਿੰਡ ਦਾ ਨਿਯਮ ਕਿਉਂ ਨਹੀਂ ਬਣਾ ਸਕਦੇ? ਜੇ ਉਹਨਾਂ 'ਚ ਰਹਿਣ ਦਾ ਨਿਯਮ ਹੈ, ਉੱਥੇ ਰੂਲ ਰੈਗੂਲੇਸ਼ਨ ਉਹਨਾਂ ਨੇ ਆਪਣੇ ਬਣਾਏ ਹੋਏ ਨੇ, ਅਸੀਂ ਆਪਣੇ ਪਿੰਡ ਦਾ ਨਿਯਮ ਬਣਾਏ, ਕਹਿੰਦੇ ਇਸ 'ਚ ਫਿਰ ਸਵਾਲ ਕਿਉਂ ਆਵੇ ਕਹਿੰਦੇ? ਸੋ ਇਸ ਲਈ ਕਹਿੰਦੇ ਅਸੀਂ ਆਪਣੀ ਪਿੰਡ ਦੀ ਨੌਜਵਾਨ ਸਭਾ ਬਣਾਈ ਹੈ, ਹਰ ਘਰ ਤੋਂ ਇੱਕ ਮੈਂਬਰ ਉਹਦੇ ਵਿੱਚ ਲਿਆ ਅਤੇ ਨੌਜਵਾਨ ਸਭਾ ਨੇ ਮਿਲ ਕੇ ਫੈਸਲਾ ਕੀਤਾ। ਹੁਣ ਜਿਹੜੇ 11 ਨਿਯਮ ਨੇ ਉਹਨਾਂ ਦੇ ਹਵਾਲੇ ਨਾਲ ਜੇਕਰ ਦੇਖਣਾ ਹੋਵੇ ਤਾਂ ਕਹਿੰਦੇ ਜੀ 11 ਨਿਯਮਾਂ 'ਚੋਂ ਆਪਾਂ ਜਿਵੇਂ ਗੱਲ ਕੀਤੀ, 9 ਨਿਯਮ ਸਿੱਧੇ ਉਹਨਾਂ ਨਾਲ ਸੰਬੰਧਿਤ ਨੇ, ਹੈਂ, ਅਤੇ ਇੱਕ ਇੱਕ ਮੈਂਬਰ ਇਹਦੇ ਵਿੱਚ ਸ਼ਾਮਿਲ ਹੈ। ਜਿਵੇਂ ਉਸ ਹਵਾਲੇ ਨਾਲ ਕਹਿੰਦੇ ਜੀ 9 ਨਿਯਮ, ਉਹਨਾਂ ਤੋਂ ਇਲਾਵਾ ਜਿਹੜੇ 2 ਨਿਯਮ ਨੇ ਉਹਦੇ ਵਿੱਚ ਹੈ ਕਿ ਇੱਕ ਤਾਂ ਪਿੰਡ ਦਾ ਕੋਈ ਵੀ ਬੱਚਾ ਜਿਹੜਾ 18 ਸਾਲ ਦਾ ਅਜੇ ਨਹੀਂ ਹੋਇਆ ਉਹ ਕੋਈ ਵਾਹਨ ਨਹੀਂ ਚਲਾਏਗਾ ਅਤੇ ਬਿਨਾਂ ਕਾਗਜ਼ਾਂ ਅਤੇ ਲਾਇਸੈਂਸ ਤੋਂ ਵਾਹਨ ਨਹੀਂ ਚਲਾਏਗਾ, ਇੱਕ ਫੈਸਲਾ ਤਾਂ ਇਹ। ਦੂਜਾ ਫੈਸਲਾ, ਜਦੋਂ ਕੋਈ ਜਵਾਕ ਜੱਲਾ ਕਿਸੇ ਦੇ ਘਰ ਜੰਮਦਾ ਹੈ ਜਾਂ ਕੋਈ ਵਿਆਹ ਖੁਸ਼ੀ ਦਾ ਸਮਾਗਮ ਹੁੰਦਾ ਹੈ ਤਾਂ ਉੱਥੇ ਥਰਡ ਜੈਂਡਰ ਜਦੋਂ ਆ ਕੇ ਮਤਲਬ ਖੁਸ਼ੀ 'ਚ ਨੱਚਦੇ ਨੇ, ਕਹਿੰਦੇ ਉਹ ਵਧਾਈਆਂ ਦੇ ਨਾਂ 'ਤੇ ਬਹੁਤ ਪੈਸਾ ਵਸੂਲੀ ਕਰਦੇ ਨੇ, ਇਸ ਲਈ ਨੌਜਵਾਨ ਸਭਾ ਨੇ ਤੈਅ ਕੀਤਾ ਕਿ 2100 ਰੁਪਏ ਤੋਂ ਵੱਧ ਦੀ ਵਸੂਲੀ ਨਹੀਂ ਹੋਏਗੀ। ਸੋ ਉਹ 2100 ਤੋਂ ਵੱਧ ਵਧਾਈ ਨਹੀਂ ਦਿੱਤੀ ਜਾਏਗੀ। ਸੋ 2 ਆਹ ਫੈਸਲੇ, ਬਾਕੀ 9 ਫੈਸਲੇ ਇਸ ਨਾਲ ਸੰਬੰਧਿਤ ਨੇ ਕਿ ਵੀ ਵੈਰੀਫਿਕੇਸ਼ਨ ਕਰਾਓ, ਬੀੜੀ ਸਿਗਰਟ ਨਾ ਪੀਓ, ਕੱਪੜੇ ਸਹੀ ਢੰਗ ਨਾ ਪਾਓ, ਹੈ ਨਾ, ਉਹ ਸਾਰੀ ਪ੍ਰਕਿਰਿਆ, ਨਹੀਂ ਫਿਰ ਪਿੰਡ ਛੱਡ ਕੇ ਜਾਓ। ਉੱਧਰ ਮੁੱਦੋ ਸੰਗਤੀਆਂ ਵਾਲੇ ਪਿੰਡ ਵਾਲਾ ਮਾਮਲਾ ਹਾਈਕੋਰਟ ਪਹੁੰਚ ਗਿਆ। ਕੁਝ ਦਿਨ ਪਹਿਲਾਂ ਮੋਹਾਲੀ ਦੇ ਮੁੱਦੋ ਸੰਗਤੀਆਂ ਪਿੰਡ ਦੇ ਵਿੱਚ ਇੱਕ ਮਤਾ ਪਾਸ ਹੋਣ ਦੀ ਖਬਰ ਸਾਹਮਣੇ ਆਈ ਕਿ ਵੀ ਬਾਹਰਲੇ ਸੂਬਿਆਂ ਤੋਂ ਜਿਹੜੇ ਲੋਕ ਇਸ ਪਿੰਡ 'ਚ ਆ ਕੇ ਰਹਿ ਰਹੇ ਨੇ ਉਹਨਾਂ ਲਈ ਇਹ ਫੈਸਲਾ ਕੀਤਾ ਪੰਚਾਇਤ ਨੇ ਕਿ ਪਿੰਡ ਛੱਡ ਕੇ ਜਾਣ, ਇਹ ਪਿੰਡ 'ਚ ਨਹੀਂ ਰਹਿ ਸਕਦੇ। ਮਤਾ ਪਾਸ ਕੀਤਾ ਗਿਆ ਪ੍ਰਵਾਸੀ ਲੋਕਾਂ ਦੇ ਨਾਲ, ਕਹਿੰਦੇ ਕ੍ਰਾਈਮ ਵੱਧ ਹੈ, ਘਟਨਾਵਾਂ ਵੱਧਦੀਆਂ, ਮਤਲਬ ਬਹੁਤ ਕੁਛ ਪਿੰਡਾਂ 'ਚ ਵਾਪਰ ਰਿਹਾ, ਇਸ ਲਈ ਕਹਿੰਦੇ ਉਹਨਾਂ ਸਾਰਿਆਂ ਨੂੰ ਠੱਲ ਪਾਉਣ ਲਈ ਅਤੇ ਇਹ ਪੰਚਾਇਤ ਨੇ ਫੈਸਲਾ ਲੈ ਲਿਆ। ਮਾਮਲਾ ਮੁੱਦਾ ਬਣ ਗਿਆ, ਮੁੱਦਾ ਬਣ ਕੇ ਮਾਮਲਾ DSP ਦੇ ਧਿਆਨ 'ਚ ਆ ਗਿਆ। DSP ਧਰਮਵੀਰ ਸਿੰਘ ਦੇ ਹਵਾਲੇ ਜਦੋਂ ਜਾਂਚ ਪੜਤਾਲ ਕਹਿੰਦੇ ਵੱਢੀ ਗਈ ਤਾਂ ਪਿੰਡ ਦਾ ਜਿਹੜਾ ਪਹਿਲਾਂ ਸਰਪੰਚ ਰਿਹਾ ਸੀ ਉਹ ਕਹਿੰਦੇ ਵੈਸਾ ਕੋਈ ਮਤਾ ਹੀ ਨਹੀਂ ਪਾਇਆ, ਸਾਡੀ ਤਾਂ ਪੰਚਾਇਤ ਭੰਗ ਹੈ। ਹੁਣ ਇਹ ਸਾਰੀ ਪ੍ਰਕਿਰਿਆ ਕਿ ਪੰਜਾਬ 'ਚ ਤਾਂ ਪੰਚਾਇਤਾਂ ਭੰਗ ਨੇ, ਮੁੱਦੋ ਸੰਗਤੀਆਂ 'ਚ ਮਤਾ ਕਿੱਥੋਂ ਪੈ ਗਿਆ, ਕੀ ਪੁਰਾਣੀ ਡੇਟ 'ਚ ਮਤਾ ਪਿਆ, ਕੀ ਮਤਾ ਪਿਆ ਹੀ ਨਹੀਂ, ਕੀ ਮਤੇ ਦੇ ਉੱਤੇ ਊਈ ਚਰਚਾ, ਇਹ ਸਾਰੇ ਪਹਿਲੂਆਂ ਨੂੰ ਹੁਣ ਅਦਾਲਤ ਤੱਕ ਬੂਹਾ ਖੜਕ ਗਿਆ। ਅਦਾਲਤ ਦੇ ਵਿੱਚ ਪੰਜਾਬ ਹਰਿਆਣਾ ਹਾਈਕੋਰਟ ਦੇ ਵਿੱਚ ਇਹ ਮਾਮਲਾ ਹੈ ਜਿਹਦੇ ਉੱਤੇ 22 ਅਗਸਤ ਨੂੰ ਇਸ ਮਸਲੇ 'ਤੇ ਪੰਜਾਬ ਸਰਕਾਰ ਤੋਂ ਜਵਾਬ ਤਲਬ ਕੀਤਾ ਗਿਆ ਕਿ ਦੋ ਵੀ ਜਵਾਬ ਸਥਿਤੀ ਹੈ ਕੀ ਹੈ। ਸੋ ਦੇਖਣ ਵਾਲੀ ਗੱਲ ਹੋਊਗੀ ਕਿ ਮਸਲਾ ਕਿੱਧਰ ਨੂੰ ਜਾਂਦਾ ਅਤੇ ਕਿਵੇਂ ਜਾਂਦਾ, ਕਿਵੇਂ ਨਿਬੜਦਾ। ਅੱਜ ਮਨੀਸ਼ ਸਿਸੋਦੀਆ ਨੂੰ ਜ਼ਮਾਨਤ ਮਿਲ ਗਈ ਹੈ, ਜਦੋਂ ਤੱਕ